ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇੱਥੇ ਲੱਗੀ ਭੰਗਰ ਅੱਗ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਮਾਧ ਪ੍ਰਦੇਸ਼ ਦੇ ਹਦਰਾ ਕਸਬੇ ਦੇ ਵਿੱਚ ਸਥਿਤ ਪਖਾਟਾ ਫੈਕਟਰੀ ਦੇ ਵਿੱਚ ਤਮਾਕਾ ਹੋਣ ਦੀ ਖਬਰ ਦੇ ਨਾਲ ਪੂਰੇ ਸ਼ਹਿਰ ਹਿੱਲ ਗਿਆ ਹੈ ਉੱਥੇ ਹੀ ਤਮਾਕੇ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਤੇ ਫੈਕਟਰੀ ਦੇ ਮੌਜੂਦ 200 ਤੋਂ ਵੱਧ ਕਰਮਚਾਰੀ ਜ਼ਖਮੀ ਹੋ ਗਏ ਨੇ। ਤਮਾਕੇ ਕਾਨ ਫੈਕਟਰੀ ਦੇ ਨੇੜੇ ਬਣੇ ਕਰੀਬ 60 ਘਰ ਤਬਾਹ ਹੋ ਚੁੱਕੇ ਨੇ। ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਵੀਡੀਓਜ਼ ਨੇ ਫੈਕਟਰੀ ਦੇ ਨੇੜੇ ਹਫੜਾ ਦਫੜੀ ਵਾਲ ਦ੍ਰਿਸ਼ ਨੂੰ ਕੈਪਚਰ ਕੀਤਾ ਹੈ। ਜਿਸ ਦੇ ਵਿੱਚ ਅੱਖਾਂ ਦੀਆਂ ਲਪਟਾਂ, ਅੱਗ ਦੀਆਂ ਲਪਟਾਂ ਤੇ ਤਮਾਕਾ ਹੁੰਦਾ ਦਿਖਾਈ ਦਿੱਤਾ ਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਹੋਏ ਨਜ਼ਰ ਆ ਰਹੇ ਨੇ। ਹਰਦਾ ਦੇ ਕଲେਕਟਰ ਰਿਸ਼ੀ ਗਰਗ ਨੇ ਇਸ ਦੁਖਾਈ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਗੰਭੀਰ ਹਾਲਾਤਾਂ 'ਚੋਂ ਲੋਕਾਂ 'ਗਲੇ ਇਲਾਜ ਲਈ ਭੋਪਾਲ ਤੇ ਇੰਦੋਰ 'ਚ ਤਬਦੀਲ ਕੀਤੇ ਜਾ ਸਕਦੇ ਨੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ